ਕਰ ਡੈਡੀ ਟੈਸਟ, ਚੱਕ ਡੈਡੀ ਫਿਰ। ਆਪਾਂ ਤਾਂ ਪੰਜਾਬੀ, ਆਪਾਂ ਤਾਂ ਮੱਕੀ ਦੇ ਦਾਣੇ ਦਾ ਗੁਰਜਸ ਬਲੌਗ ਆਏ ਹੋ ਤੁਸੀਂ ਸਾਰੇ, ਵਧੀਆ ਹੋਵੋਗੇ। ਤੇ ਹੁਣ ਬੜੇ ਅਸੀਂ ਘਰੇ ਸਵੇਰ ਦੇ, ਕਿਉਂਕਿ ਕੁਝ ਨਵਾਂ ਕਰਨ ਜਾ ਰਹੇ ਹਾਂ ਤੇ ਬਹੁਤ ਦਿਨ ਹੋ ਗਏ ਸਾਨੂੰ ਕੁਛ, ਮਤਲਬ ਜੋ ਨਵਾਂ ਕਰਨਾ ਉਹਦੇ ਲਈ ਜੋ ਵੀ ਸਾਨੂੰ ਸਮਾਨ ਚਾਹੀਦਾ ਉਹ ਚੀਜ਼ਾਂ ਇਕੱਠੀਆਂ ਕਰਦੇ ਨੂੰ, ਜੋ ਬਹੁਤ ਪੂਰਾ ਜ ਤੀਜਾ ਚੌਥਾ ਦਿਨ ਆ ਹੁਣ ਘਰ ਆਏ ਸੀ ਅਤੇ ਸੋਚਿਆ ਚਲੋ ਬਲੌਗਿੰਗ ਸ਼ੁਰੂ ਕਰ ਲਈਏ। ਅਤੇ ਬਲੌਗ ਵੀ ਨਹੀਂ ਬਣਾਇਆ ਗਿਆ ਦੋ ਦਿਨ ਹੋ ਗਏ, ਕਿਉਂਕਿ ਇੰਨਾ ਜ਼ਿਆਦਾ ਬਿਜ਼ੀ ਹੋ ਗਿਆ। ਅਤੇ ਸਭ ਤੋਂ ਪਹਿਲਾਂ ਜਿਹਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਉ, ਜਿਨ੍ਹਾਂ ਨੇ ਕਰਤਾ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਅਤੇ ਮੈਂ ਕਹਿਣਾ ਚਾਹੁੰਦਾ ਤੁਹਾਨੂੰ, ਇੱਧਰ ਸਾਡੀ ਸੱਗ ਨੂੰ ਮਿਲੋ ਚਲੋ ਪਹਿਲਾਂ, ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਜਿਹੜੇ ਉਹ ਜਿਹੜਾ ਵੀ ਚੀਜ਼ ਦੀ ਸ਼ੁਰੂਆਤ ਕਰਨਾ ਤੁਸੀਂ, ਤੁਹਾਨੂੰ ਉਹ ਪਤਾ ਲੱਗ ਹੀ ਜਾਣੀ ਹੈ ਜਲਦੀ। ਬਸ ਇਹੀ ਵੀਕ ਦੇ ਵਿੱਚ ਵਿੱਚ ਰੱਬ ਸੁੱਖ ਰੱਖੇ, ਵਾਹਿਗੁਰੂ ਜੀ ਜਦ ਇੱਥੇ ਤੱਕ ਲੈ ਕੇ ਆ ਗਏ, ਅਤੇ ਬਾਕੀ ਤੁਹਾਡੇ ਸਾਰਿਆਂ ਦਾ ਪਿਆਰ ਅਤੇ ਅੱਗੇ ਵੀ ਇੱਦਾਂ ਹੀ ਤੁਹਾਡਾ ਪਿਆਰ ਅਤੇ ਵਾਹਿਗੁਰੂ ਦੀ ਕਿਰਪਾ ਆਪਾਂ ਨੂੰ ਬਹੁਤ ਦੂਰ ਤੱਕ ਲੈ ਜੂਗੀ। ਹਾਂਜੀ ਦੇਖੋ ਕਿਵੇਂ ਉਂਗਲਾਂ ਨਹੀਂ ਲੱਗੇ ਪਏ ਖਾਣ, ਪਤਾ ਸਿਰ ਬਹੁਤ ਦਰਦ ਕਰ ਰਿਹਾ। ਖਾ ਲਓ, ਮੈਂ ਤਾਂ ਚਾਹ ਪੀਣ ਲੱਗਿਆ ਉਧਰ। ਮਿੰਟ ਬਹੁਤ ਆ ਰਹੇ ਕਿ ਦੀਦੀ ਤੁਸੀਂ ਸਾਨੂੰ ਨਰਸਿੰਗ ਬਾਰੇ ਥੋੜੀ ਐਜੂਕੇਸ਼ਨ ਦੇ ਦਿਓ। ਜੇ ਕਿਸੇ ਨੇ ਵੀ ਬੀਐਸਸੀ ਨਰਸਿੰਗ ਕਰਨੀ ਆ, ਪੋਸਟਾਂ ਬਾਬਾ ਫਰੀਦ ਦੀਆਂ ਪੋਸਟਾਂ ਓਪਨ ਆ ਵੈਬਸਾਈਟ ਤੇ, ਤੁਸੀਂ ਅਪਲਾਈ ਕਰ ਲਿਓ। 23 ਤਰੀਕ ਤੱਕ ਅਪਲਾਈ ਹੋਣਾ ਤੇ ਨੈਕਸਟ ਮੰਥ 6 ਜਾਂ 5 ਤਰੀਕ ਨੂੰ ਐਗਜ਼ਾਮ ਆ, ਕਨਫਰਮ ਨਹੀਂ, ਤੁਸੀਂ ਚੈੱਕ ਕਰ ਲਿਓ। ਉਹਦੇ ਵਿੱਚ ਜੋ ਤੁਸੀਂ ਪਲੱਸ 1 ਪਲੱਸ 2 ਕੈਮਿਸਟਰੀ ਫਿਜ਼ਿਕਸ ਫਿਜ਼ਿਕਸ ਕੈਮਿਸਟਰੀ ਬਾਇਓ, ਇਹ ਤਿੰਨ ਚੀਜ਼ਾਂ ਪਲੱਸ 1 ਪਲੱਸ 2 ਦੇ ਵਿੱਚ ਜੋ ਤੁਸੀਂ ਰੱਖੀਆਂ ਸੀ। ਓਬਜੈਕਟਿਵ ਟਾਈਪ ਕੁਐਸਚਨ ਹੁੰਦੇ, ਤੁਸੀਂ ਸਰਚ ਮਾਰ ਲਿਓ, ਤੁਹਾਨੂੰ ਪਤਾ ਲੱਗ ਜਾਣਾ ਯੂਟਿਊਬ 'ਤੇ। ਅਤੇ ਜਿਨ੍ਹਾਂ ਨੇ ਗੌਰਮੈਂਟ ਕਰਨੀ ਹੈ ਬੀਐਸਸੀ ਨਰਸਿੰਗ, ਉਹ ਅਪਲਾਈ ਕਰ ਦਿਓ 23 ਤਰੀਕ ਤੱਕ ਹੀ ਪੋਸਟਾਂ ਅਪਲਾਈ। ਬਾਕੀ ਮੈਂ ਦੱਸਦਾ ਤੁਹਾਨੂੰ, 23 ਤਰੀਕ ਤੱਕ ਲਾਸਟ ਡੇਟ ਆ, ਉਹ ਤੋਂ ਪਹਿਲਾਂ ਪਹਿਲਾਂ 22 ਤਰੀਕ ਨੂੰ ਵੈਬਸਾਈਟ ਬੀਜੀ ਹੋ ਜਾਂਦੀ ਆ। 20 ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ, ਕਿਉਂਕਿ ਪਿਛਲੇ 2 ਦਿਨ ਉਹ ਬੀਜੀ ਹੋ ਜਾਂਦੀ ਵੈਬਸਾਈਟ। ਅਤੇ ਜੋ ਤੁਸੀਂ 2 ਸਾਲਾਂ ਦੇ ਵਿੱਚ ਪੜ੍ਹਿਆ ਨਾ, ਉਹਦੇ ਵਿੱਚੋਂ ਹੀ ਉਹ ਪੇਪਰ ਆਉਂਦਾ, ਕੋਈ ਬਾਹਰੋਂ ਨਹੀਂ ਆਉਂਦਾ, ਹੈ ਨਾ। ਅਤੇ ਜਿਹੜਾ ਤੁਸੀਂ 2 ਸਾਲਾਂ 'ਚ ਪੜ੍ਹਿਆ ਤਾਂ ਉਹਦੇ ਵਿੱਚ ਹੀ ਆਉਣਾ, ਬਾਕੀ ਤੁਸੀਂ ਔਨਲਾਈਨ ਯੂਟਿਊਬ ਵਗੈਰਾ 'ਤੇ ਸਰਚ ਮਾਰ ਕੇ ਪੜ੍ਹ ਲਿਓ। ਇਹ ਸਿਰਫ ਬੀਐਸਸੀ ਨਰਸਿੰਗ ਲਈ ਆ, ਜਿਨ੍ਹਾਂ ਨੇ ਪਲੱਸ 2 'ਚ ਮੈਡੀਕਲ ਕੀਤੀ ਆ, ਹੈ ਨਾ। ਵੀ ਮਤਲਬ ਪਲੱਸ 2 'ਚ ਮੈਡੀਕਲ ਨੇ ਕੀਤੀ, ਇਹਨੇ ਹੁਣ ਨਰਸਿੰਗ ਕਰਨ ਦਾ ਸੋਚ ਰਿਹਾ ਨਾ। ਜੇ ਉਹਨੇ ਬੀਐਸਸੀ ਨਰਸਿੰਗ ਕਰਨੀ ਹੈ ਨਾ, ਤਾਂ ਜਿਹੜਾ ਉਹਨਾਂ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਪੇਪਰ ਆ, ਉਹ ਇਗਜ਼ਾਮ ਦਿੱਤਾ ਹੋਣਾ ਜ਼ਰੂਰੀ ਆ। ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਸਰਕਾਰੀ ਸੀਟ ਮਿਲੂ, ਜੇ ਤੁਸੀਂ ਪ੍ਰਾਈਵੇਟ ਵੀ ਲੈਣੀ ਆ ਤਾਂ ਉਹਦੇ ਲਈ ਵੀ ਜ਼ਰੂਰੀ ਹੈਗਾ। ਅਤੇ ਬਾਕੀ GNM ਬਾਰੇ ਤੁਹਾਨੂੰ ਇਹੀ ਦੱਸ ਸਕਦੇ, ਉਹ ਤਾਂ ਮੈਨੂੰ ਇੰਨਾ ਪਤਾ ਨਹੀਂ ਹੈਗਾ। ਆਪਾਂ ਜੇ ਗੌਰਮੈਂਟ ਕਰਨੀ, ਉਹਦੇ ਵਾਸਤੇ ਕੋਈ ਟੈਸਟ ਨਹੀਂ ਹੁੰਦਾ, ਬਸ ਆਪਣੇ 10ਵੀਂ ਅਤੇ ਪਲੱਸ 2 ਦੀ ਪਰਸੈਂਟੇਜ ਹੁੰਦੀ ਆ, ਪਲੱਸ 2 ਦੀ ਮੈਰਿਟ ਬਣਦੀ ਆ, ਮੈਰਿਟ ਦੇ ਹਿਸਾਬ ਨਾਲ ਸੀਟ ਮਿਲ ਜਾਂਦੀ। ਲਓ ਜੀ, ਹੁਣ ਕੋਈ ਔਖਾ ਕੰਮ ਨਹੀਂ। ਦੱਸਤਾ ਤੂੰ, ਖਾ ਲੈ ਇਹਨੂੰ, ਪਾਓ ਯਾਰ ਪਹਿਲਾਂ। ਲੈ ਮੇਰੀ ਬੂਤਰੀ, ਦੇਖੋ ਨੇ ਛਾਲ ਮਾਰ ਕੇ ਚਾ ਫੜ ਲੈਣਾ ਤੂੰ। ਦੁਰ ਫੱਟੇ ਮੂੰਹ ਸਬੂ ਤੇਰੇ। ਤੇ ਅੱਜ ਇਹ ਵੀ ਥੱਕ ਥੁੱਕ ਗਈ ਆ, ਇਹਦਾ ਵੀ ਸਿਰ ਬਹੁਤ ਦੁਖਦਾ। ਇਹ ਵੀ ਪਾਰਟਨਰ ਆ ਨਾਲ ਬਿਜ਼ਨਸ 'ਚ। ਆ ਬੋਣੇ, ਤੂੰ ਪਾਰਟਨਰ ਬਾਹਨਾ ਨਹੀਂ ਛੱਡਾ। ਗਰਮੀ ਬਹੁਤ ਆ। ਹੈਂ? ਗਰਮੀ ਬਹੁਤ ਆ। ਸਿਰ ਦੁਖਣ ਲੱਗ ਗਿਆ। ਸਮੈਲ ਵੜ ਗਈ ਸਿਰ 'ਚ। ਸਮੈਲ ਵੜ ਗਈ, ਕੱਢੀ ਹੁਣ ਕਾਹਦੇ ਨਾਲ। ਐਂ ਕਰ, ਡਰਾਇਰ ਨਾਸਾਂ 'ਚ ਲਾ ਲਾ ਪੁੱਠੀ ਕਰਕੇ। ਲੈ ਤੈਨੂੰ ਤਰੀਕਾ ਦੱਸਦਾ, ਚੱਲ ਵੇ। ਤੂੰ ਵੀ ਦੱਸ ਦੇ ਕੋਈ ਬੀਐਸਸੀ ਨਰਸਿੰਗ ਬਾਰੇ, ਇਹ ਵਧੀਆ ਰਹੇਗੀ, ਉਹਨੂੰ ਪੇਪਰ ਦੇਣ ਦੀ ਲੋੜ ਨਹੀਂ। ਅਤੇ ਇੱਧਰ ਚੌਲ ਬਣਾਉਣੇ ਆ, ਡੈਡੀ ਹਾਲੇ ਸਬਜ਼ੀ ਵੇਚਣ ਗਿਆ ਹੈਗਾ।
ਅੱਜ ਬਣਾਈਆਂ ਨੇ ਮਾਈ ਫੇਵਰੇਟ ਭਿੰਡੀਆਂ। ਮੰਮੀ ਕਹਿੰਦੀ, ਮੰਮੀ ਨੂੰ ਕਿਹਾ ਸੀ ਮੈਂ ਭਿੰਡੀਆਂ ਬਣਾ, ਮੰਮੀ ਕਹਿੰਦੇ ਕੀ ਮੰਮੀ 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 ਧਾਰ ਕੱਢ ਤੂੰ, ਹੈਲੋ ਕਰਦੇ ਸਾਰਿਆਂ ਨੂੰ, ਦੂਜੇ ਹੱਥ ਨਾਲ ਕਰਦੇ ਇੱਧਰ, ਮੰਮੀ ਧਾਰ ਕੱਢਦੀ ਆ। ਕਿਆ ਮੌਸਮ ਹੋਇਆ ਪਿਆ ਬਾਰੇ ਹੈਂ ਉਹ ਯਾਰ ਸੱਚ ਮੋਹਣੇ, ਇੱਕ ਉਹ ਜਿਹੜੀ ਵੀਡੀਓ ਨਹੀਂ ਦੇਖੀ ਮੰਮੀ, ਪਤਾ ਕੀ ਹੋਇਆ ਮੈਂ ਦੱਸਦਾ ਤੈਨੂੰ, ਵੀਡੀਓ ਆਈ ਕਣਕ ਤੋਂ ਬਾਅਦ ਜੋ ਵੀ ਤੂੜੀ ਕਰਨ ਤੋਂ ਬਾਅਦ ਜੋ ਵੀ ਬਚਦਾ ਉਹਨੂੰ ਅੱਗ ਲਾ ਦਿੱਤੀ ਕਿਸੇ ਨੇ, ਹੈਂ ਆਪਾਂ ਤਾਂ ਕਰਚੇ ਕਹਿ ਦਿੰਦੇ ਹਾਂ, ਕਰਚਿਆਂ ਨੂੰ ਅੱਗ ਲਾਈ ਮੰਮੀ, ਉਹ ਕੀ ਕੀਤਾ ਨਾ ਕਰਚਿਆਂ ਨੂੰ ਅੱਗ ਲਾਈ, ਲਵੇ ਲਾਉਣੇ ਲੱਕੜਾਂ ਵੀਣਗੇ ਖੇਤ ਦੇ ਉੱਤੇ, ਉਹਦੇ ਵਿੱਚ ਸੂਈ ਦੀ ਕੁੱਤੀ, ਅੱਠ ਕਤੂਰੇ ਵਿੱਚ ਮੱਚ ਗਏ ਮੰਮੀ, ਇੱਕ ਕਤੂਰਾ ਬਚਿਆ ਉਹਦੇ ਵਿਚਾਰਿਆਂ 'ਚ, 9 ਕਤੂਰੇ ਦੀਏ, 8 ਕਤੂਰੇ ਵਿੱਚ ਮੱਚ ਗਏ ਵਿਚਾਰੇ, ਹਾਲੇ ਮਤਲਬ ਉਹਨਾਂ ਨੂੰ ਦੇਖਣ ਵੀ ਨਹੀਂ ਲੱਗਿਆ ਸੀ, ਉਹਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ, ਉਹ ਰੱਬ ਦਾ ਵਿਚਾਰਿਆਂ ਨੂੰ ਕਿਹੜਾ ਦਿਖਦਾ ਸੀਗਾ 8 ਕਤੂਰੇ। ਯਾਰ ਥੋੜ੍ਹਾ ਬਹੁਤ ਸੋਚ ਕੇ ਨਾ, ਕੁਦਰਤ ਨਾਲ ਖਿਲਵਾੜ ਨਾ ਕਰੋ, ਉਹ ਵੀ ਜੀਵ ਜੰਤੂ ਹੁੰਦੇ ਨੇ, ਜਾਨ ਹੁੰਦੀ ਉਹਨਾਂ 'ਚ ਵੀ, ਬਹੁਤ ਮਾੜੀ ਗੱਲ ਆ ਯਾਰ, ਅੱਠ ਜਾਨਾਂ ਗਈਆਂ, ਬਹੁਤ ਗਲਤ ਗੱਲ ਆ ਇਹ, ਬਹੁਤ ਜ਼ਿਆਦਾ। ਹਾਂ ਤੋਏ ਕੀ ਭਾਲਦੀ ਹੁਣ ਇੱਥੇ ਤੂੰ, ਕੀ ਆ ਇੱਥੇ, ਚੜ ਜਾ ਹੈਂ ਮੰਮੀ, ਕੀ ਪਤਾ ਕੀ ਫਿਰ ਕੁੱਤੀ ਵਿਚਾਰੀ ਉਹ ਲੱਭਣ ਗਈ ਹੋਵੇ, ਉਹਨਾਂ ਵਾਸਤੇ ਖਾਣਾ ਪਾਣੀ ਲੈਣ ਗਈ ਹੋਵੇ, ਵਿਚਾਰਿਆਂ ਨੇ ਐਂ ਦੇਖੀ ਪੁੱਠੇ ਐਂ ਬਣੇ ਵੇ ਪਿੰਜਰਾਂ, ਐਂ ਉੱਪਰ ਨੂੰ ਲੱਤਾਂ ਉਹਨਾਂ ਦੀਆਂ, ਹੈਂ ਉਹ ਕੋਈ ਕੁਦਰਤੀ ਉੱਥੋਂ ਵੀ ਲੰਘਿਆ ਜਾਂਦਾ ਹੋਊਗਾ ਰੋਡ ਦੇ ਉੱਤੇ ਦੀਗਾ ਖੇਤ। ਮੰਮੀ ਦਾ ਕਿਵੇਂ ਮੂਡ ਹੋ ਗਿਆ, ਕੀ ਆ ਯਾਰ ਆ ਹੁਣ ਵੀ ਸੱਚ ਆ, ਆਹ ਕਿਸੇ ਨੂੰ ਅੱਗ ਲੱਗ ਗਈ ਉੱਥੇ ਕਬਾੜ ਜਾ ਨਹੀਂ ਪੈਂਦਾ ਹੁੰਦਾ, ਉਹਦੇ ਲਵੇ ਕਣਕ ਆ, ਉਹਨੇ ਕਣਕ ਵਾਲਿਆਂ ਨੇ ਤੂੜੀ ਤੋਂ ਬਾਅਦ ਅੱਗ ਲਾਈ ਹੋਊ ਕਰਚਿਆਂ ਨੂੰ, ਉਹਦੇ ਲਵੇ ਉਹ ਨਹੀਂ ਪੈਂਦੇ ਉਹਨਾਂ ਦੇ ਸਮਾਨ, ਲੱਕੜਾਂ ਲੁੱਕੜਾਂ ਖਾਸਾ ਕੁਛ ਪੈਂਦਾ, ਉਹ ਸਾਰੀ ਮੱਚ ਕੇ ਉੱਥੇ ਉਹ ਫਿਰਦੀ ਤੀ ਅੱਗ ਬੁਝਾਉਣ ਵਾਲੀ ਬੱਸ ਜੀ, ਹੋ ਚਲੋ ਵੋਟਾਂ ਦਾ ਟਾਈਮ ਆ, ਉੱਦਾਂ ਨਹੀਂ ਧਰਨੇ ਲੱਗਦੇ ਹੁੰਦੇ, ਮਾਇੰਡ ਨਾ ਕਰਿਓ, ਪਰ ਮੈਂ ਜੋ ਸੱਚ ਆ ਠੀਕ ਆ, ਆਪਾਂ ਹਰੇਕ ਗੱਲ 'ਤੇ ਧਰਨਾ ਕੱਢ ਕੇ ਬੈਠ ਜਾਂਦੇ, ਪਰ ਇਹੋ ਜਿਹੇ ਕੰਮਾਂ ਨੂੰ ਵੀ ਰੋਕਣਾ ਚਾਹੀਦਾ ਯਾਰ। ਲਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਮਿਲਦੇ ਆ ਫਿਰ ਤੁਹਾਨੂੰ ਥੋੜ੍ਹੀ ਦੇਰ ਤੱਕ, ਡੈਡੀ ਆ ਗਿਆ ਡੈਡੀ ਲਓ ਵੀ ਡੱਡੇ ਆ ਗਿਆ ਡੱਡੇ ਪਾ ਲਓ ਕੱਦੂ ਬਹਿ ਗਏ, ਫਿਰ ਕੱਦੂ ਲੈ ਆਉਂਦਾ ਜੇ ਨਹੀਂ, ਲਓ ਵੀ ਤੁਹਾਡੇ ਸਾਰਿਆਂ ਦੇ ਪਿਆਰ ਨਾਲ, ਤੁਹਾਡੀ ਸਾਰਿਆਂ ਦੇ ਅਰਦਾਸਾਂ ਨਾਲ, ਡੈਡੀ ਤੈਨੂੰ ਸਾਰੇ ਜਾਣੇ ਅਰਦਾਸਾਂ ਕਰਦੇ ਵੀ ਡੈਡੀ ਦਾ ਕੰਮ ਚੱਲ ਪਈ, ਧੰਨਵਾਦ ਕਰਦੇ ਫਿਰ ਹੁਣ, ਵਧੀਆ ਕਹਿ ਤਾ ਤੇ ਜਿਹੜੇ ਵੀ ਡੈਡੀ ਨੂੰ ਬਲੌਗ ਦੇਖ ਕੇ ਸਬਜ਼ੀ ਲੈ ਕੇ ਆਉਂਦੇ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਮਾਨਾ ਤੋਂ ਭਾਜੀ ਵਾਰੀ 2 ਵਾਰੀ ਸਬਜ਼ੀ ਲੈ ਕੇ ਗਏ ਨੇ ਸਪੈਸ਼ਲ ਆ ਕੇ, ਹੈ ਨਾ ਡੈਡੀ, ਇੱਕ ਵਾਰ ਤਾਂ ਜੂਸ ਪਿਆ ਕੇ ਨੇ, ਹੁਣ ਕੱਲ੍ਹ ਆਏ ਤੇ ਕਿ ਪਰਸੋਂ ਆਏ ਤੇ, ਪਰਸੋਂ ਆਏ ਸੀਗੇ, ਪਰਸੋਂ ਵੀ ਲੈ ਕੇ ਗਏ, ਮਤਲਬ ਜਦੋਂ ਵੀ ਇੱਧਰ ਨੂੰ ਆਉਂਦੇ ਲੰਘਦੇ ਥੋੜ੍ਹੀ ਨਾ ਬਹੁਤੀ ਜਿੰਨੀ ਕੁ ਬਣਦੀ ਉਨੀ ਕੁ ਸਬਜ਼ੀ ਲੈ ਜਾਂਦੇ ਨੇ ਉਹ।
ਨਿੰਬੂ ਤਾਂ ਮੰਮੀ ਫਰਿੱਜ 'ਚ ਰੱਖ ਦੇ, ਖਰਾਬ ਨਾ ਹੋ ਜਾਣ। ਟਮਾਟਰ ਨਹੀਂ ਲੱਗਿਆ ਅੱਜ, ਹੈ ਨਾ? ਮਿਰਚਾਂ ਵੀ ਲੱਗ ਗਈਆਂ। ਲੈ ਮੈਂ ਪਾਉਣਾ ਮੰਮੀ, ਤੂੰ ਡੈਡੀ ਨੂੰ ਪਾਣੀ ਦਾ ਦੇ ਗਲਾਸ। ਲੈ ਵੀ ਮੈਂ ਕਰਦਾ ਰੇੜੀ ਖਾਲੀ, ਇਹ 'ਚ ਪਾਉਣੇ? ਮੈਂ ਪਾਉਣਾ ਮੰਮੀ ਪਾਣੀ ਦਾ ਗਲਾਸ ਦੇ ਡੈਡੀ। ਮੰਮੀ ਰੋਣ ਲੱਗ ਗਈ, ਤੇਰੀ ਭਾਬੀ ਨੇ ਵੀਡੀਓ ਬਣਾ ਕੇ ਨਹੀਂ ਪਾਈ ਹੈਗੀ। ਰੱਬਾ ਮਾਂ ਮਾਂ ਨਾ ਖੋਵੀ ਮੰਮੀ ਨਾਲ, ਮੰਮੀ ਨੂੰ ਗਾਣਾ ਸੁਣ ਲਿਆ ਰੋਣ ਲੱਗ ਗਈ। ਮੈਂ ਤਾਂ ਵੀਡੀਓ ਦੇਖਦਾ ਪੈ ਦੀ ਆ, ਕਿਉਂਕਿ ਸਾਡੀ ਨਾਨੀ ਐਕਸਪਾਇਰ ਹੋ ਗਈ, ਮੰਮੀ ਨੂੰ ਨਾਨੀ ਦੀ ਯਾਦ ਆ ਗਈ। ਤੇਰਾ ਬਜੇ ਬੇੜਾ ਉੱਠ ਜਾ। ਲਓ ਜੀ ਡੈਡੀ ਨੂੰ ਉੱਧਰ ਚਾੜਤਾ ਉੱਪਰ ਵਿਚਾਰਾ, ਜਿਹੜੀ ਕੀ ਲੱਭਦਾ ਪਿਆ ਕੁੱਜਾ, ਇਹ ਅੱਜ ਬਣਾ ਕੇ ਦਿਖਾਊਗੀ ਘਰੇ ਕੁੱਜਾ। ਇਹਦਾ ਪੂਰੀ ਫੀਲਿੰਗ ਜਾਕੀ ਦੀ, ਮੇਰੇ ਪੱਖ ਦੀ ਗੱਲ ਹੋ ਗਈ। ਬਸ ਤੇ ਮੈਂ ਉਹ ਕਰਤਾ, ਕੀ ਕਰਦਾ ਹੁਣ ਭੋਰਤੀ ਡੈਡੀ ਮੋਬਾਈਲ ਦੇ ਡੈਡੀ ਸਗੋਂ ਡੈਡੀ ਦਿੱਤੇ ਉੱਪਰ ਇੱਧਰ ਇੱਥੇ ਡੈਡੀ ਧਿਆਨ ਨਾਲ ਇੱਥੇ ਕਿੱਥੇ ਛੋਟੇ ਨੇ ਯਾਰ ਵੱਡੀ ਜਾਂਦੀ ਆ ਨਿਕਾ ਜੋ ਡੈਡੀ ਨੇ ਉੱਤੀ ਰੱਖਦਾ ਪੂਰੀ 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 ਤਾਂ ਹੈ ਹੀ ਨੀ ਕੁਰ 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 ਪੂਰੀ ਕਿੱਥੇ ਗਈ ਪੂਰੀ ਉਹ ਪੂਰੀ ਤਾਂ ਹੈ ਨੀ ਰਵੀ ਉਰੇ ਹੈ ਰਵੀ ਉਹ ਪੂਰੀ ਤਾਂ ਹੈ ਨੀ ਤੂੰ ਕਿਹੜੀ ਪੂਰੀ ਦੇਖ ਲਈ ਉਹ ਤੂੰ ਕਿਹੜੀ ਪੂਰੀ ਦੇਖ ਲਈ ਹਾਂ ਬਈ ਡੈਡੀ ਆ ਚਾਹੀਦੀ ਆ ਬਸ ਬਹੁਤ ਇੱਕ ਇੱਕ ਬਹੁਤ ਆ ਜਾ ਤੂੰ ਵੀ ਟਿਕ ਜਾ ਹੁਣ ਤਾਂ ਹੀ ਤਾਂ ਤੇਰੇ ਕੀੜੇ ਪੈਂਦੇ ਨੇ ਢਿੱਡ 'ਚ ਖਾਣੀਆਂ ਬਰਫਾਂ ਹੋਰ ਚੱਲ ਇੱਕ ਹੀ ਲੈ ਡੈਡੀ ਡੈਡੀ ਨੇ ਆਖਰ ਲੱਭ ਹੀ ਲਿਆ ਕੁੱਜਾ ਮੰਮੀ ਨੂੰ ਮੈਂ ਕਿਹਾ ਮੰਮੀ ਕੁੱਲੜ ਕਿੱਥੇ ਡਿਆ ਆਪਣੇ ਘਰੇ ਦੋ ਪੈਸੇ ਮੰਮੀ ਪਤਾ ਕੀ ਕਰਨਾ ਰੂੜੀਆਂ ਤੇ ਡੈਡੀ ਮੰਮੀ ਰੂੜੀਆਂ ਤੇ ਲੱਭਣ ਕਹਿੰਦੀ ਮੈਂ ਤਾਂ ਛੱਡਤੇ ਮੰਮੀ ਦੀ ਵੀ ਗੱਲ ਗੱਲਬਾਤ ਐਂਡ ਹੈ ਤਿਆਰੀਆਂ ਕਹਿੰਦੇ ਅੱਜ ਚੁੱਲ੍ਹੇ 'ਚ ਬਣਾਉਣਗੇ ਕੁੱਲੜ ਪੀਜ਼ਾ ਸਮਾਨ ਇੱਧਰ ਲਿਆਂਦਾ ਫਿਰ ਇਹਨਾਂ ਨੇ ਪੰਜਾਬੀ ਆਪਾਂ ਤਾਂ ਮੱਕੀ ਦੇ ਦਾਣੇ ਦਾ ਜਿਹੜਾ ਮੇਰਾ ਵਰਗ ਆਊਗਾ ਕਮੈਂਟ ਜ਼ਰੂਰ ਕਰ ਦਿਓ ਨਾ ਮੱਕੀ ਦੇ ਦਾਣੇ ਆਪਾਂ ਤਾਂ ਮੱਕੀ ਦੇ ਦਾਣੇ ਕਹਿਣੇ ਹੈਗੇ ਲਓ ਵੀ ਇਹ ਕਰੂ ਬਰਗਰ ਤਿਆਰ ਹਾਂ ਇੱਕ ਨੀ ਬਾਕੀ ਕਿੱਥੇ ਜਾਣਗੇ ਦੋ ਬਣਾਉਣੇ ਆ ਤਿੰਨ ਤਿੰਨ ਬਰਗਰ ਬਣਾਉਣੇ ਆ ਤਿੰਨ ਬਰਗਰ ਬਣਾਉਣੇ ਰਾਜੇ
ਮੈਂ ਤਾਂ ਪਹਿਲੀ ਗਿਆ ਸੀ ਨਾ ਖਾ ਨਾ ਖਾਈ ਮੈਂ ਹਾਂ ਪਰ ਤੂੰ ਤਾਂ ਖਾਣਾ ਨੀ ਐਕਸਪੈਰੀਮੈਂਟ ਕਰਕੇ ਦੇ ਦੋ ਵੀ ਰਾਤ ਨੂੰ 10 ਵਜੇ ਪਏ ਨੇ ਇੰਨਾ ਬਰੀਕ ਨੂੰ ਕਰਦੇ ਹੋ ਬਚਾਲੋ ਕੱਟੋ ਬਸ ਇੱਕ ਕੱਟ ਲਾਓ ਬਚਾਲੇ ਬਾਈ ਕੰਮ ਕਰ ਦੇ ਕੀ ਲੌਂਡਾ ਧੋ ਕੇ ਦੇ ਦੇ ਧੋ ਲੈ ਮੇਰੇ ਦੇਖ ਆ ਲੱਗੀ ਮੇਰੇ ਤਾਂ ਆਪ ਆ ਲੱਗੀ ਆ ਦੇਖ ਚੱਲ 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 ਮੇਰੇ ਕੋਲ ਨਹੀਂ ਹਜੇ ਭਾਣੇ ਚੱਲਦੇ ਚੱਲ ਪਰ ਸੇਮ ਟੂ ਜੂਗਾ ਤੂੰ ਕੋਲੀ ਚ ਸਬਜ਼ੀ ਕਰ ਦੋ ਮੈਂ ਲੈ ਦੋ ਤੋ ਆਪ ਹੀ ਧੋ ਲੂਗੇ ਨਹੀਂ ਤਾਂ ਤੇਰਾ ਮੈਂ ਤਾਂ ਨਾ ਧੋ ਮੈਂ ਤਾਂ ਸ਼ਰ ਨਹੀਂ ਲਾਤਾ ਗਿਆ ਉਹਨੇ ਟਾਈਮ ਨੇ ਫਿਰ ਟਿੱਕੀ ਫਰਾਈ ਕਰ ਲੂਗੀ ਮੈਂ ਵੀ ਬੱਚ ਫਰਾਈ ਕਰ ਮੰਮੀ ਆ ਲੌਂਡਾ ਧੋ ਕੇ ਦੀ ਮੰਮੀ ਤਾਂ ਹੁਣੇ ਅੰਦਰ ਗਈ ਸਬਜ਼ੀ ਕੱਢ ਕੇ ਲਿਆ ਦੋ ਮੈਂ ਆਪ ਧੋ ਦੂੰ ਨਹੀਂ ਖਾਦਾ ਉਹ ਪਿਆ ਮਤਲਬ ਵਧੀਆ ਚੀਜ਼ ਨੀ ਹੈਗੀ ਭੁੰਨੇ ਹੋਏ ਦਾਣੇ ਨੀ ਛੱਡ ਖਿੱਲਾਂ ਖਾ ਜਾਂਦੀਆਂ ਇਹ ਕਿਵੇਂ ਛੱਡਤਾ ਮਸਾਲਾ ਕੋਈ ਤਿਆਰ ਕੀਤਾ ਨੀ ਪਹਿਲਾਂ ਸਿੱਟਤਾ ਸਮਾਨ ਆ ਥੱਲੇ ਲੱਗ ਜੂ ਇੱਥੇ ਸੇਕ ਬਹੁਤ ਆ ਛੇੜ ਲਿਆ ਲਓ ਜੀ ਇੱਧਰ ਪੀਜ਼ੇ ਦੀ ਹੋ ਗਈ ਰੈਸਪੀ ਤਿਆਰ ਤੇ ਇੱਧਰ ਸੰਗਤਾਂ ਬੈਠੀਆਂ ਹੋਈਆਂ ਪੀਜ਼ਾ ਖਾਣ ਲਈ ਹਾਂ ਡੈਡੀ ਗੜਬੀ ਵਾਲਾ ਪੀਜ਼ਾ ਖਾਵੇਂਗਾ ਡੈਡੀ ਹੈ ਗੜਬੀ ਵਾਲਾ ਖਾਵੇਂਗਾ ਕਿ ਬਰਗਰ ਖਾਵੇਂਗਾ ਤਾਂ ਜਲਦੀ ਦੱਸ ਮੂੰਹ ਦੋਨਾਂ ਪਾਸੇ ਮਾਰਨਾ ਹੈ ਹਾਮੀ ਤੂੰ ਕੀ ਖਾਣਾ ਕੁਛ ਨਹੀਂ ਖਾਣਾ ਮੈਂ ਤਾਂ ਰੱਜੀ ਪੱਕੀ ਵਾਲਾ ਤੁਹਾਡੇ ਨਾਲ ਜ਼ਿਆਦਾ ਕਾਲੀ ਤਾਂ ਸੱਗੂ ਆ ਖਾਣ ਵਾਸਤੇ ਉਹ ਦੇਖੋ ਤੁਸੀਂ ਉਧਰ ਸੱਗੂ ਦੀ ਤਾਂ ਅੱਗੀ ਲੱਗੀ ਰਹਿੰਦੀ ਆ ਉਧਰ ਤਾਂ ਦੇਖੋ ਅੰਦਰ ਹੀ ਨਹੀਂ ਜਾ ਰਹੀ ਬਾਬਾ ਜੀ ਕੁਛ ਨਾ ਕੁਛ ਖਾਣ ਜਾਂਦੇ ਨਹੀਂ ਪਾਪੀ ਨਹੀਂ ਪੱਕਾ ਸ਼ੋਰ ਹੈ ਨਹੀਂ ਜੀ ਮੈਂ ਤੁਹਾਡੀ ਸ਼ੈਫ ਹਾਂ ਨਾ ਬਸ ਤੁਸੀਂ ਟੇਸਟ ਕਰਨਾ ਨੋਕ ਸੇ ਜੇ ਰੱਖ ਦਿਓ ਇਹ ਸਾਉਂਡ ਤੁਸੀਂ 2 ਦਿਨ ਚ ਸੌਸ ਮਗਾ ਦੋਗੇ ਇੰਨੀ ਕ ਅਗਲੀ ਗੇਰ ਮੈਨੂੰ ਲਾਦਾ ਜਦੋਂ ਘਰੇ ਬਣਾਉਣਾ ਫੇਰ ਦੁਬਾਰਾ ਹੋਰ ਲੈ ਕੇ ਆਉਣੀ ਪੈਣੀ ਹੈ ਹਫਤਾ ਕੱਢ ਦੇ ਕਦੀ ਕਦੇ ਦਾ ਖਾਣਾ ਭਵੇਂ 6 ਮਹੀਨੇ ਕੱਢ ਲੈ ਤੁਸੀਂ ਇਹ ਜੀ 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 ਬਾਰੇ
ਕਾਲੂ ਹੋਣੀ ਫਿਰਦੇ ਨੇ ਫਿਰ ਜਿੰਦਾਬਾਦ ਸੱਗੂ ਜਿੰਦਾਬਾਦ ਤੁਸੀਂ ਬਾਲਾ ਬਰੀਕ ਕੱਟ ਰਹੇ ਹੋ ਮੋਟਾ ਮੋਟਾ ਕੱਟੋ ਠੀਕ ਹੈ ਮੈਂ ਕਹਿੰਦੀ ਤੁਸੀਂ ਆਪ ਹੀ ਕੰਮ ਕਰ ਲਓ ਲੈ ਮੈਂ ਕੱਟ ਕੇ ਦਿਖਾਉਣਾ ਤੁਹਾਨੂੰ ਕਿਵੇਂ ਕੱਟੀ ਨਾ ਫੜੋ ਬਣਾਈ ਹੋਈ ਚੀਜ਼ ਤੇ ਇਹਨਾਂ ਨੂੰ ਪਸੰਦ ਨਹੀਂ ਆ ਰਹੀ ਐਡਾ ਐਡਾ ਹੁੰਦਾ ਹਾਂ ਯਾਰ ਮੈਨੂੰ ਪੀਜ਼ੇ ਦੇ ਤਾਂ ਫਲੇਵਰ ਹੋਣੀ ਆਉਣ ਲੱਗਿਆ ਵੇ ਬਸ ਚਾ ਚੀਜ਼ ਪਾਓ ਇਹਦੇ ਵਿੱਚ ਕਹਿੰਦੇ ਕੁੱਜੇ ਦੇ ਵਿੱਚ ਲੱਗੇ ਪਾਉਣ ਹੁਣ ਸਮਾਨ ਇੱਧਰ ਇਹ ਟਿੱਕੀ ਰਾੜ ਲੱਗੀ ਪਈ ਆ ਤੇ ਤੋਂ ਬਣ ਜੂ ਮੈਨੂੰ ਲੱਗਦਾ ਅਗਲੀ ਵਾਰ ਮੈਂ ਹੀ ਬਣਾ ਦੇਣਾ ਜਿਹੜੀ ਦੋ ਜਣੀਆਂ ਮੱਥਾ ਮਾਰਦੇ ਨਾ ਮੈਂ ਜਿਹੜੇ ਹਿਸਾਬ ਨਾਲ ਇਹਨਾਂ ਦੇ ਕੰਮ ਨੇ ਇਹ ਮੈਂ ਇਕੱਲਾ ਕਰ ਸਕਦਾ ਆ ਲੋ ਜੀ ਇੱਧਰ ਗੜਬੀ ਦੇ ਵਿੱਚ ਇਹਨਾਂ ਨੇ ਪਾਤਾ ਸਮਾਨ ਹੋਰ ਪਾਓ ਥੋੜਾ ਜੀ ਤੇਰੀ ਕਸਮ ਲੱਗੇ ਦੇਖ ਤੇਰੀ ਕਸਮ ਖਾ ਰਹੇ ਮੈਂ ਅੱਜ ਤੱਕ ਇਹ ਟੇਸਟ ਨਹੀਂ ਕੀਤਾ ਲਓ ਜੀ ਅੱਜ ਫਸਟ ਟਾਈਮ ਕਹਿੰਦੇ ਕੁੱਜੇ ਵਾਲਾ ਪੀਜ਼ਾ ਰੈਡੀ ਕੀਤਾ ਕੁੱਜੇ ਵਾਲਾ ਜਿਹਨੇ ਖਾਣਾ ਹੋਇਆ ਤਾਂ ਘਰੇ ਆ ਕੇ ਸਾਨੂੰ ਆਰਡਰ ਦੇ ਸਕਦੇ ਤੁਸੀਂ ਤੁਹਾਨੂੰ ਫ੍ਰੀ ਖਵਾਵਾਂਗੇ ਆ ਵੀ ਪਾਓ ਸਮਾਨ ਜਾ ਹੁਣ ਬਸ ਇਹਦੇ ਉੱਪਰ ਉਹ ਪਾਉਣੀ ਹੈ ਅੱਗ ਬਣਾਓ ਚੁੱਲ੍ਹੇ 'ਚ ਅੱਗ ਵਿਚਾਲੀ ਰੱਖਣਾ ਇਹ ਕਿਆ ਬਾਤਾਂ ਕਹਿੰਦੇ ਮੁੰਡਿਆਂ ਨੇ ਬਣਾ ਤੇ ਅੱਜ ਸਮਾਨ ਲੱਲੇ ਲਾਏ ਹੋਏ ਨੇ ਬਾਬੇ ਦੇਖੀ ਮਾੜੀ ਜੀ ਕੀ ਦੇਖਣੀ ਬਾਬੇ ਬਾਬੇ ਉਹ ਟਿੱਕੀ ਦੇਖੀ ਵਾਹਿਗੁਰੂ ਬੋਲ ਵਾਹਿਗੁਰੂ ਕਹਿੰਦੇ ਕੁੱਜਾ ਪੀਜ਼ਾ ਬਣਾਵਾਂਗੇ ਦੇਖੀ ਤੂੰ ਇਹਦੇ ਉੱਪਰ ਚਿਲੀ ਫਲੇਕਸ ਓਰੀਗੈਨੋ ਪਾਉਣਾ ਹੁੰਦਾ ਵੀ ਪਾ ਸਕਦੇ ਪਰ ਨਹੀਂ ਨਹੀਂ ਬਾਅਦ ਵਿੱਚ ਪਾਵਾਂਗੇ ਕੁਛ ਨਹੀਂ ਪਾਉਣਾ ਇਹਦੇ ਉੱਤੇ ਜਿਹੜਾ ਤੁਸੀਂ ਮਟੀਰੀਅਲ ਬਣਾਇਆ ਨਾ ਇੰਨਾ ਨਜਾਇਜ਼ ਟੇਸਟੀ ਨਾ ਮੋਨੇ ਪਹਿਲਾਂ ਤਾਂ ਮੈਂ ਜ਼ਿਆਦਾ ਪਾਤੀ ਸੀ ਕਹਿਰ ਮਚਾਉਂਦਾ ਕਹਿਰ ਪਹਿਲਾਂ ਤਾਂ ਮੈਂ ਸੋਸ ਜ਼ਿਆਦਾ ਪਾਤੀ ਸੀ ਚਲੋ ਜੀ ਕੁੱਜਾ ਕੁੱਜੇ ਚ ਆਪਾਂ ਪੀਜ਼ਾ ਕਹਿੰਦੇ ਕੁੱਜੇ ਦੇ ਵਿੱਚ ਕਰ ਰਹੇ ਆ ਮੈਂ ਇੰਨੀ ਮੇਰੇ ਖਾਣ ਨੂੰ ਕਿੰਨੇ ਦਿਨ ਤੋਂ ਦਿਲ ਕਰ ਰਿਹਾ ਸੀ ਇੱਧਰ ਮੇਰੇ ਮੈਂ ਵੀ ਕਿਤਾ ਨੈਟ ਤੋਂ ਵੀਡੀਓ ਦੇਖੀ ਆ ਜਿੱਦਾਂ ਦਾ ਮੇਰੇ ਤੋਂ ਬਣਿਆ ਮੈਂ ਬਣਾਤਾ
ਇਹਨੂੰ ਪਹਿਲਾਂ ਪਾਓ ਜਗ੍ਹਾ ਕੀ ਕਰਨੀ ਉਹਨੂੰ ਸਾਈਡ ਤੋਂ ਕਰ ਦੋ ਬਸ ਆਲੇ ਦਾਲ ਖੋਲ ਦੋ ਪਾਥੀਆਂ ਭੰਨ ਦੋ ਚੱਕਣਾ ਵੀ ਬਾਅਦ ਚੋਂ ਇੰਨੀ ਅੱਗ ਚੋਂ ਇਹ ਚੁੱਲ੍ਹੇ 'ਚ ਤਾਂ ਸੇਕ ਵੀ ਜ਼ਿਆਦਾ ਹੋਊਗਾ ਯਾਰ ਵਾਹਿਗੁਰੂ ਸਤਨਾਮ ਆਲੇ ਦੁਆਲੇ ਲਾਓ ਇਹਦੇ ਹੁਣ ਮੈਨੂੰ ਤਾਂ ਪਤਾ ਨੀ ਇਹ ਮੋੜ ਸਾਹਿਬ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਅਸੀਂ ਕੁੱਜਾ ਪੀਜ਼ਾ ਬਣਾ ਕੇ ਦੇਖਣਾ ਫਸਟ ਟਾਈਮ ਟਰਾਈ ਕੀਤਾ ਘਰੇ ਨਹੀਂ ਨਹੀਂ ਬਹੁਤ ਸਵਾਦ ਬਣਨਾ ਤੁਸੀਂ ਲਓ ਜੀ ਕਹਿੰਦੇ ਬਰਗਰ ਤਿਆਰ ਹੋ ਗਿਆ ਆਪਣਾ ਚੱਕ ਡੈਡੀ ਫਿਰ ਖਾ ਕੇ ਦੱਸ ਕਿੱਦਾਂ ਬਣਾਇਆ ਨੇ ਇਹ ਕਿਹੜਾ ਬਰਗਰ ਬਣਾਇਆ ਇਹਨੇ ਵੈਜ ਬਰਗਰ ਬਣਾਇਆ ਇਹ ਛੋਟੀ ਨੇ ਬਣਾਇਆ ਵੈਜ ਬਰਗਰ ਇੱਧਰ ਹੁਣ ਡੈਡੀ ਖਾ ਕੇ ਦੱਸੂਗਾ ਕਿਵੇਂ ਬਣਿਆ ਉਹ ਐਂ ਥੋੜੀ ਖਾਣਾ ਕਿਵੇਂ ਡੈਡੀ ਹੈਂ ਉਵੇਂ ਨਾ ਕਹਿ ਦੀ ਪੱਕੇ ਬਣਾ ਸੀ ਰਿਹਾ ਗਰਮੀ ਗਰਮੀ ਤੂੰ ਹੋਇਆ ਵੈ ਪਤੰਦਰਾ ਕਾਹਦੀ ਕਮੀਆਂ ਲਓ ਜੀ ਅਸੀਂ ਤਾਂ ਐਕਸਪੈਰੀਮੈਂਟ ਕਰ ਲਿਆ ਆਪਣਾ ਪੀਜ਼ਾ ਵੀ ਬਣਾ ਲਿਆ ਬਰਗਰ ਵੀ ਬਣਾ ਲਿਆ ਪਤਾ ਕੀ ਪੰਗਾ ਪੈ ਗਿਆ ਜਿਹੜਾ ਆਪਾਂ ਕੁੱਜੇ 'ਚ ਪੀਜ਼ਾ ਬਣਾਇਆ ਸੀ ਅਸੀਂ ਗੈਸ 'ਤੇ ਬਣਾਇਆ ਸੀ ਉਹਦੇ ਨਾਲ ਇਹ ਚੱਕਰ ਪੈ ਗਿਆ ਉਹ ਥੱਲਿਓਂ ਥੋੜ੍ਹਾ ਜਿਹਾ ਸੜ ਗਿਆ ਪਰ ਟੇਸਟ ਉਹਦਾ ਵਧੀਆ ਸੀ ਇਸ ਕਰਕੇ ਕਾਹਲੀ ਕਾਹਲੀ 'ਚ ਆਪਾਂ ਫਟਾਫਟ ਖਾਣ ਦੀ ਕੀਤੀ ਵਲੌਗ ਅਸੀਂ ਸ਼ੂਟ ਨਹੀਂ ਕੀਤਾ ਸਾਨੂੰ ਸੀ ਕਿ ਫਟਾਫਟ ਖਾ ਲਈਏ ਸਮੈਲ ਨਾ ਆਵੇ ਉਹਦੇ ਵਿੱਚੋਂ ਬਰਗਰ ਵੀ ਵਧੀਆ ਬਣਿਆ ਸੀ ਰਿਵਿਊ ਸਰ ਕੱਲ੍ਹ ਹੁਣ ਅਸੀਂ ਤੁਹਾਨੂੰ ਬਣਾਉਣਾ ਸਮਾਨ ਪਿਆ ਇਹੋ ਜਿਹੇ ਇੰਨਾ ਇੰਨਾ ਸਮਾਨ ਲਿਆਂਦਾ ਆਪਾਂ ਕੱਲ੍ਹ ਤੁਹਾਡੀ ਵਾਰੀ ਠੀਕ ਆ ਹੁਣ ਨੈਕਸਟ ਟਾਈਮ ਤੁਸੀਂ ਬਣਾਉਣਾ ਤੁਹਾਡੀ ਵਾਰੀ ਆ ਬਣਾਉਣ ਦੀ ਅਸੀਂ ਤਾਂ ਬਣਾ ਲਿਆ ਗੱਲ ਨਹੀਂ ਬਣੀ ਪਰ